ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਕਾਰਯੋਗ ਸਾਧ ਸੰਗਤ ਜੀਓ ਜਿਵੇਂ ਕਿ ਕਰਵਾਣੀ ਦਾ ਇੱਕ ਫਰਮਾਨ ਵਾ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸ ਸੰਦਸਨਾ ਦੇਖੋ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿੰਡੀ ਵੱਡੀ ਗੱਲ ਆਖੀ ਕਿ ਜਿਨ੍ਹਾਂ ਸਾਧਾਂ ਦੀ ਦਸਨਾ ਦੇ ਉੱਤੇ ਪਰਮੇਸ਼ਰ ਬਸਦਾ ਹੈ ਸੋ ਇਹੋ ਜਿਹੜੇ ਮਹਾਂਪੁਰਖ ਹੁੰਦੇ ਆ ਉਹਨਾਂ ਦੇ ਜਿਹੜੇ ਦਾਸ ਵਾ ਉਹਨਾਂ ਦਾਸਾਂ ਦਾ ਵੀ ਮੈਂ ਦਾਸ ਵਾਂ ਭਾਵ ਕਿ ਆਪਨੇ ਆਪ ਨੂੰ ਇੰਨਾ ਨੀਵਾਂ ਰੱਖਿਆ ਬਾਬੇ ਨਾਨਕ ਨੇ ਕਿਉਂ ਕਿਉਂਕਿ ਸਾਧ ਦੀ ਮਹਿਮਾ ਕਹੀ ਨਹੀਂ ਜਾਂਦੀ ਹੈ ਆਦਮੀ ਤਾਂ ਇੱਕ ਪਾਸੇ ਗਰਮਾਣੀ ਕਹਿੰਦੀ ਸਾਧ ਕੀ ਮਹਿਮਾ ਬੇਦ ਨਾ ਜਾਣੇ ਜੇ ਤਾ ਸੁਣੇ ਤੇ ਤਾ ਬਖਿਆ ਨੇ ਸਾਧ ਦੀ ਮਹਿਮਾ ਤਾਂ ਬੇਦ ਗ੍ਰੰਥ ਧਾਰਮਿਕ ਪੁਸਤਕਾਂ ਵੀ ਨਹੀਂ ਜਾਣਦੀ ਆ ਕਿਉਂ ਸਾਧ ਦੀ ਮਹਿਮਾ ਪਰੰਪਰਾ ਲੋਕਾਂ ਦੇ ਤਾਂ ਆਮ ਗੱਲ ਹੈਗੀ ਆ ਵੱਡੇ ਵੱਡੇ ਦੇਵੀ ਦੇਵਤਾਂ ਦੀ ਸਮਝ ਤੋਂ ਵੀ ਪਰੇ ਆ ਇਸੇ ਕਰਕੇ ਗੁਰਬਾਣੀ ਨੇ ਆਖਿਆ ਕਿ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਕਿ ਸਾਧ ਵਿੱਚ ਤਾਂ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਹੈ ਜਿਵੇਂ ਕਿਸ ਨੇ ਕੋਈ ਸਵਾਲ ਪੁੱਛਿਆ ਸੀ ਮਹਾਂਪੁਰਖਾਂ ਨੂੰ ਕਹਿਣ ਲੱਗੇ ਕਿ ਮਹਾਂਪੁਰਖੋ ਪਹਿਲਾਂ ਪਰਮੇਸ਼ਰ ਹੋਇਆ ਕਿ ਜਾਂ ਪਰਮੇਸ਼ਰ ਦੇ ਪਿਆਰੇ ਭਗਤ ਹੋਇਆ ਦੇਖੋ ਮਹਾਂਪੁਰਖਾਂ ਨੇ ਬੜਾ ਸੁੰਦਰ ਜਵਾਬ ਦਿੱਤਾ ਕਹਿਣ ਲੱਗੇ ਵੀ ਭਾਈ ਰੱਬ ਦੇ ਬਾਰੇ ਤਾਂ ਅਸੀਂ ਕੋਈ ਕਹਿ ਨਹੀਂ ਸਕਦੇ ਪਰ ਹਾਂ ਭਗਤਾਂ ਦੇ ਪਿਆਰੇ ਉਹਨਾਂ ਬਾਰੇ ਦੱਸ ਸਕਦੇ ਆ ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਉਹ ਪ੍ਰੇਮੀ ਕਹਿਣ ਲੱਗਾ ਜੀ ਫਿਰ ਸਾਨੂੰ ਦੱਸੋ ਜਿੰਨਾ ਵੀ ਤੁਹਾਨੂੰ ਪਤਾ ਹੈ ਭਗਤਾਂ ਬਾਰੇ ਤੁਹਾਨੂੰ ਕੀ ਪਤਾ ਹੈ ਕਿ ਰੱਬ ਕਦੋਂ ਦੇ ਹੈ ਤੇ ਭਗਤ ਕਦੋਂ ਦੇ ਆ ਤੇ ਫਿਰ ਦੇਖੋ ਮਾਪੁਰਖ ਨੇ ਜਵਾਬ ਦਿੱਤਾ ਸੀ ਕਹਿੰਦੇ ਭਾਈ ਰੱਬ ਦੇ ਭਗਤ ਤਾਂ ਰੱਬ ਤੋਂ ਵੀ ਪਹਿਲਾਂ ਤੁਰੇ ਫਿਰਦੇ ਆ ਦੇਖੋ ਕਿੰਨਾ ਸੁੰਦਰ ਜਵਾਬ ਆ ਕੌਣ ਦੇ ਸਕਦਾ ਉਹੀ ਦੇ ਸਕਦੇ ਆ ਜਿਨ੍ਹਾਂ ਦੀ ਰਸਨਾ ਦੇ ਵਿੱਚ ਪਰਮੇਸ਼ਰ ਦਾ ਵਾਸਾ ਹੈ ਜਿਨ੍ਹਾਂ ਦੇ ਰੋਮ-ਰੋਮ ਵਿੱਚ ਵਾਹਿਗੁਰੂ ਵੱਸਦਾ ਹੈਗਾ ਸੋ ਇਹੋ ਜਿਹੇ ਮਹਾਂਪੁਰਖਾਂ ਦਾ ਖਾਣਾ ਪੀਣਾ ਚੱਲਣਾ ਬੈਠਣਾ ਸੋਣਾ ਹੱਸਣਾ ਜਾਗਣਾ ਇਹ ਸਭ ਦੇ ਵਿੱਚ ਪਰਮੇਸ਼ਰ ਦੀ ਮੋਜ ਝਲਕਦੀ ਹੈਗੀਆ ਸੋ ਇਹੋ ਜਿਹੇ ਮਹਾਂਪੁਰਖਾਂ ਵਿੱਚ ਸੰਤ ਮਹਾਂਪੁਰਖ ਬਾਬਾ ਜੀ ਸਿੰਘ ਦੀ ਹੰਸਾਲੀ ਵਾਲੇ ਸੋ ਦਾਸ ਅੱਜ ਉਹਨਾਂ ਦੇ ਜੀਵਨ ਕੌਤਕਾ ਦੇ ਵਿੱਚ ਇੱਕ ਬੜਾ ਹੀ ਬਹੁਤ ਜ਼ਿਆਦਾ ਦੁਰਲੱਭ ਪ੍ਰਸੰਗ ਜਿਹੜਾ ਆਮ ਦੇਖ ਕੇ ਜਾਂ ਜਿਸ ਨੂੰ ਸੁਣ ਕੇ ਆਮ ਆਦਮੀ ਦੀ ਜਿਹੜੀ ਅਕਲ ਆ ਉਹ ਚਾਤਰ ਕਰਾਈ ਜਾਂਦੀ ਆ ਲੇਕਿਨ ਇਹ ਕਿਵੇਂ ਸੰਭਵ ਹੁੰਦਾ ਕੇਵਲ ਤੇ ਕੇਵਲ ਮਾਪਰਖਾਂ ਦੀ ਇੱਕ ਅੰਛਤੀ ਦ੍ਰਿਸ਼ਟੀ ਦੇ ਵਿੱਚ ਸਭ ਕੁਝ ਹੈ ਇਸੇ ਕਰਕੇ ਗਰਵਾਣੀ ਨੇ ਆਖਿਆ ਕਿ ਇਹੋ ਜਿਹੇ ਜਿਹੜੇ ਮਾਪਰਖ ਹੁੰਦੇ ਆ ਉਹਨਾਂ ਦੀ ਤਾਕਤ ਅਗਰ ਬਿਆਨ ਕਰਨੀ ਹੋਵੇ ਤਾਂ ਬਣ ਕਹਿੰਦੀ ਹਰਨ ਭਰਨ ਜੰਗ ਕਰ ਨਿਤਰ ਫੋਰ ਅੱਖ ਫੁਰਕੇ ਦੇ ਵਿੱਚ ਸ੍ਰਿਸ਼ਟੀ ਨੂੰ ਸਾਜ ਦੇ ਦੇਣਾ ਤਾਂ ਅੱਖ ਫੁਰਕੇ ਦੇ ਵਿੱਚ ਸ੍ਰਿਸ਼ਟੀ ਨੂੰ ਭਸਮ ਕਰ ਦੇਣਾ ਇਹ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਹਿੱਸੇ ਹੀ ਆਉਂਦਾ ਹੈਗਾ ਸੋ ਕਹਿਣ ਤੋਂ ਭਾਵ ਇਹ ਆ ਕਿ ਇਹੋ ਜੇ ਬ੍ਰਹਮ ਗਿਆਨੀ ਔਰ ਦਰਗਾਹੀ ਪੁਰਖ ਕਿਤੇ ਕਿਤੇ ਕਾਲ ਪੁਰਖੇ ਸੰਸਾਰ 'ਚ ਭੇਜਦਾ ਹੈ ਤੇ ਜਿਨ੍ਹਾਂ ਨੇ ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਆ ਉਹਨਾਂ ਦੇ ਸਾਰੇ ਪਾਪ ਤਾਂ ਛੱੜੀ ਜਾਂਦੇ ਆ ਉਹਨਾਂ ਦਾ ਲੋਕ ਤੇ ਪ੍ਰਲੋਕ ਵੀ ਸਬਰ ਜਾਂਦਾ ਹੈ ਸੋ ਅੱਜ ਦਾਸ ਸੰਤ ਮਹਾਂਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਜੀਵਨ ਦੀ ਇੱਕ ਘਟਨਾ ਦਾਸ ਆਪ ਸਾਰਿਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ ਇੱਕ ਵਾਰ ਦੱਸਦੇ ਆ ਕਿ ਇੱਕ ਵਾਰੀ ਜਿੰਮੇ ਸੰਗਤ ਬਹੁਤ ਆਉਂਦੀ ਹੁੰਦੀ ਸੀ ਮਾਹਪੁਰਖਾਂ ਦੇ ਰੋਹ ਦਰਸ਼ਨ ਕਰਨ ਵਾਸਤੇ ਬਹੁਤ ਸਾਰੀਆਂ ਲੈਣਾਂ ਲੱਗੀਆਂ ਰਹਿੰਦੀਆਂ ਸੀ ਤੇ ਇੱਕ ਮਾਈ ਆਈ ਜਦ ਮਾਈ ਆਈ ਆ ਤਾਂ ਉਹ ਬੜੀ ਰੋਵੇ ਸੰਗਤ ਦੇ ਵਿੱਚ ਤੇ ਉਹਨਾਂ ਦੀ ਰੋਣ ਦੀ ਬਾਜ ਮਾਹਪੁਰਖਾਂ ਦੇ ਕਮਰੇ ਤੱਕ ਵੀ ਪਹੁੰਚਦੀ ਸੀ ਜਦ ਪਹੁੰਚੀ ਸੀ ਤਾਂ ਦੇਖੋ ਮਾਹਪੁਰਖਾਂ ਅੰਦਰ ਜਮੇ ਬਾਬਾ ਜੀ ਸਿੰਘ ਜੀ ਹਸਾਲੀ ਵਾਲੇ ਕਹਿਣ ਲੱਗੇ ਕਹਿਣ ਲੱਗੇ ਵੀ ਭਾਈ ਪਰਮ ਸਿੰਘ ਉਹਨਾਂ ਦੇ ਉਦੋਂ ਸੇਵਾ ਕਰਦੇ ਹੁੰਦੇ ਸੀ ਕਹਿਣ ਬਾਅਦ ਦੇਖ ਕੇ ਆ ਕਿਆ ਰੋਣ ਦੀ ਆਵਾਜ਼ ਕਿੱਥੋਂ ਦੀ ਕੋਣ ਰੋ ਰਿਆ ਹੈਗਾ ਜਦੋਂ ਭਾਈ ਪਰਮ ਸਿੰਘ ਜੀ ਬਾਹਰ ਗਏ ਤਾਂ ਉਹਨੇ ਦੇਖਿਆ ਇੱਕ ਮਾਈ ਰੋ ਰਹੀ ਆ ਉਹਨਾਂ ਨੇ ਆ ਕੇ ਮਾਪੁਰ ਖੰਦ ਦੱਸਿਆ ਕਿ ਕੋਈ ਮਾਤਾ ਹੈਗੀ ਆ ਉਹ ਸੰਗਤ ਦੇ ਬੈਠੀ ਰੋ ਰਹੀ ਆ ਤਾਂ ਫਿਰ ਮਾਪੁਰ ਕਹਿਣ ਲੱਗੇ ਭਾਈ ਚਲੋ ਉਹਨੂੰ ਪੁੱਛ ਕੇ ਆਵੇ ਤੂੰ ਰੋਂਦੀ ਕਿਉਂ ਆ ਜਦ ਇਨੀ ਗੱਲ ਹੋਈ ਤਾਂ ਫਿਰ ਜਦ ਪੈਸਾ ਭਾਈ ਪਰਮ ਸਿੰਘ ਜੀ ਸਿੰਘ ਹੁਣ ਉਹਨਾਂ ਦੇ ਪਾਸ ਗਏ ਆ ਉਹਨੂੰ ਪੁੱਛਿਆ ਕਿ ਮਾਤਾ ਕੀ ਗੱਲ ਆ ਤੂੰ ਰੋਂਦੀ ਕਿਉਂ ਆ ਫਿਰ ਉਹ ਮਾਤਾ ਨੇ ਦੱਸਿਆ ਸੀਗਾ ਕਿ ਮੇਰਾ ਇੱਕ ਲੜਕਾ ਹੈਗਾ ਉਹ ਲੜਕਾ ਅਮਰਸਰ ਜੇਲ੍ਹ ਦੇ ਵਿੱਚ ਉਹ ਤੇ ਅਸੀਂ ਦੋ ਵਾਰੀ ਜ਼ਮਾਨਤ ਦਿੱਤੀ ਆ ਪਰ ਉਹਦੀ ਜ਼ਮਾਨਤ ਨਹੀਂ ਹੁੰਦੀ ਅਸੀਂ ਦੋ ਵਾਰੀ ਉਹਦੀ ਬੇਲ ਕਰਨ ਦੀ ਕੋਸ਼ਿਸ਼ ਕੀਤੀ ਅਪੀਲ ਦਲੀਲ ਕੀਤੀ ਆ ਸਾਰੇ ਯਤਨ ਕੀਤੇ ਆ ਪਰ ਦੋ ਵਾਰੀ ਉਹਦੀ ਜ਼ਮਾਨਤ ਦੇ ਕਾਗਜ਼ ਜੱਜ ਨੇ ਰੱਦ ਕਰ ਦਿੱਤੇ ਸੋ ਮੈਂ ਬੜੀ ਪਰੇਸ਼ਾਨ ਹੈਗੀ ਆ ਕਿ ਮੇਰਾ ਲੜਕਾ ਇਸੇ ਹਾਲਤ ਵਿੱਚ ਰਹੇਗਾ ਜਦੋਂ ਨੇ ਆਪਣਾ ਦੁੱਖੜਾ ਰੋਇਆ ਤੇ ਫਿਰ ਦੇਖੋ ਭਾਈ ਪਰਮਜੀਤ ਸਿੰਘ ਉਹਨਾਂ ਨੇ ਆ ਕੇ ਮਾਪੁਰਖਾਂ ਦੇ ਪਾਸ ਸਾਰੀ ਘਟਨਾ ਦੱਸੀ ਜਦ ਦਸੀ ਤੇ ਬਾਬਾ ਜੀ ਕਹਿਣ ਲੱਗੇ ਚਲ ਇਦਾਂ ਕਰੋ ਮਾਈ ਨੂੰ ਬੁਲਾ ਕੇ ਲੈ ਕੇ ਜਦੋਂ ਮਾਈ ਨੂੰ ਬੁਲਾ ਕੇ ਲਿਆਂਦਾ ਤੇ ਮਾਪੁਰ ਕਹਿਣ ਲੱਗੇ ਮਾਈ ਪਹਿਲਾਂ ਸਾਨੂੰ ਤੂੰ ਇਹ ਦੱਸ ਕਿ ਤੇਰਾ ਲੜਕਾ ਜੇਲ੍ਹ ਦੇ ਵਿੱਚ ਕਿਵੇਂ ਹੈਗੇ ਤੂੰ ਸੱਚ-ਸੱਚ ਦੱਸ ਨਾ ਝੂਠ ਨਾ ਬੋਲੇ ਜਦ ਇੰਨੀ ਗੱਲ ਹੋਈ ਤਾਂ ਦੇਖੋ ਇਨਸਾਨ ਮਰਦਾ ਕੀ ਨਾ ਕਰਦਾ ਉਹ ਮਾਈ ਕਹਿਣ ਲੱਗੀ ਕਿ ਮੈਂ ਤੁਹਾਨੂੰ ਕੀ ਦੱਸਾਂ ਸਾਡੀਆਂ ਤਾਂ ਆਪਣੀਆਂ ਬੇੜੀਆਂ ਵਿੱਚ ਅਸੀਂ ਆਪ ਹੀ ਵੱਟੇ ਪਾਏ ਆ ਜਦ ਇਨੀਕਲ ਹੋਈ ਤੇ ਬੱਬਾ ਜੀ ਕਹਿਣ ਲੱਗੇ ਅੱਛਾ ਕਿਹੜੇ ਬੱਟੇ ਦੱਸ ਸਾਨੂੰ ਖੋਲ ਕੇ ਗੱਲ ਫਿਰ ਉਹ ਮਾਈ ਕਹਿਣ ਲੱਗੀ ਸੀ ਕਹਿਣ ਲੱਗੀ ਮਾਪੁਰ ਕੋ ਦਰਸਲ ਗੱਲ ਇਹ ਆ ਕਿ ਮੇਰੇ ਇੱਕ ਲੜਕੇ ਦਾ ਇੱਕ ਦੋਸਤ ਆ ਉਹਦੇ ਹੱਥੋਂ ਕਿਸੇ ਦਾ ਕਤਲ ਹੋ ਗਿਆ ਜਦੋਂ ਕਿ ਕਤਲ ਹੋਇਆ ਤੇ ਉਹਦਾ ਦੋਸਤ ਜੇਲ੍ਹ 'ਚ ਸੀਗਾ ਤੇ ਉਹਦੀ ਜਾਮਨੀ ਭਰਨ ਵਾਸਤੇ ਉਹਦੀ ਜ਼ਮਾਨਤ ਦੇਣ ਵਾਸਤੇ ਮੇਰੇ ਲੜਕੇ ਨੇ ਜਿਹੜੇ ਕਾਗਜ਼ ਬਣਾਏ ਆ ਉਹਨਾਂ ਕਾਗਜ਼ਾਂ ਦੇ ਵਿੱਚ ਝੂਠੀ ਫਰਦ ਬਣਾ ਲਈ ਆ ਜਦੋਂ ਜ਼ਮੀਨ ਦੀ ਝੂਠੀ ਫਰਦ ਬਣਾ ਕੇ ਤੇ ਉਹਨੇ ਜਦ ਇਹਨਾਂ ਜ਼ਮਾਨਤੀ ਕਾਗਜ਼ਾਂ ਦੇ ਵਿੱਚ ਨਾਲ ਲਾਈ ਸੀ ਤੇ ਉਹ ਜਿਹੜਾ ਕਾਗਜ਼ ਜਦ ਫੈਲ ਜਾਂ ਤਿਆਰ ਹੋਈ ਸੀ ਤੇ ਉਹ ਅਦਾਲਤ 'ਚ ਚਲ ਗਈ ਜਦ ਅਦਾਲਤ 'ਚ ਗਈ ਫਿਰ ਜੱਜ ਨੇ ਕੀ ਕੀਤਾ ਕਿ ਜਿਹੜੀ ਮੇਰੇ ਲੜਕੇ ਨੇ ਫੈਲ ਲਾਈ ਸੀਗੀ ਉਹ ਜਿਹੜੀ ਜ਼ਮੀਨ ਦੀ ਫੈਲ ਸੀ ਉਹਦੀ ਇਨਕੁਆਰੀ ਕਰਾਈ ਵੀ ਪਹਿਲਾਂ ਸਾਨੂੰ ਇਹ ਦੱਸੋ ਵੀ ਇਹ ਜਿਹੜੀ ਜ਼ਮੀਨ ਦੀ ਫਾਲ ਜਾਂ ਫਰਦ ਲਾਈ ਆ ਕੀ ਇਹ ਫਰਦ ਬਿਲਕੁਲ ਠੀਕ ਹੈਗੀ ਆ ਸਹੀ ਆ ਕਿ ਵੈਗੈਂਟ ਜਦੋਂ ਉਹਦੀ ਜੀ ਸਾਰੀ ਜਿਹੜੀ ਸੀ ਉਹ ਜਾਂਚ ਪੜਤਾਲ ਹੋਈ ਤਾਂ ਪਤਾ ਲੱਗਾ ਵੀ ਇਹ ਜਿਹੜੀ ਫਰਦ ਇਸ ਲੜਕੇ ਨੇ ਲਾਈ ਏ ਝੂਠੀ ਹੈਗੀ ਆ ਤੇ ਜੱਜ ਜੱਜ ਨੂੰ ਪਤਾ ਲੱਗਾ ਕਿ ਇਹ ਜਿਹੜੀ ਫਰਦ ਜ਼ਮੀਨ ਦੀ ਇਸ ਲੜਕੇ ਨੇ ਲਾਈ ਸੀ ਇਹ ਝੂਠੀ ਆ ਤੇ ਦੇਖੋ ਫਿਰ ਜੱਜ ਨੇ ਕੀ ਕੀਤਾ ਕਿ ਇਸ ਲੜਕੇ ਨੂੰ 420 ਦੀ ਜਿਹੜੀ ਧਾਰਾ ਹੈਗੀ ਉਹਦੇ ਤਹਿਤ ਕੋਰਟ ਦੇ ਨਾਲ ਹੀ ਧੋਖਾ ਕਰਦਾ ਜਿਹੜਾ ਜੋ ਜੁਰਮ ਸਗਾ ਉਸ ਲੜਕੇ ਦੇ ਉੱਤੇ ਲਾਤਾ ਉਸ ਲੜਕੇ ਦੇ ਥੱਲੇ ਲਾਲਗੀਰ ਤੇ ਇਹ ਵੀ ਲਿਖ ਦਿੱਤਾ ਹੈ ਕਿ ਇਸ ਲੜਕੇ ਨੇ ਜੱਜ ਨਾਲ ਕੋਟ ਨਾਲ ਧੋਖਾ ਕੀਤਾ ਹੈਗਾ ਇਹਨੇ ਗਲਤ ਕਾਗਜ਼ਾਤ ਝੂਠੇ ਜਾਲੀ ਕਾਗਜ਼ ਬਣਾ ਕੇ ਕੋਰਟ ਤੇ ਪੇਸ਼ ਕੀਤੇ ਆ ਇਸ ਕਰਕੇ ਇਹਦੀ ਜਮਾਤ ਰੇ ਹੋ ਸਕਦੀ ਦੇਖੋ ਉਹ ਫੇ ਮਾਇਨੇ ਦੱਸਿਆ ਸਕੇ ਵੀ ਕਰਮਤਾਸੀ ਭਲੇ ਦਾ ਕਰਨ ਲੱਗੇ ਸੀ ਪਰ ਗੱਲ ਹੋ ਗਈ ਕਿ ਅਸੀਂ ਆਪ ਹੀ ਸਾਰਾ ਕੁਝ ਕਰਕੇ ਝੂਠੇ ਫਸ ਗਏ ਆ ਤੇ ਇਸ ਕਰਕੇ ਮੇਰੇ ਲੜਕੇ ਨੂੰ ਜੱਜ ਨੇ ਅੰਦਰ ਕਰ ਦਿੱਤਾ ਹੈਗਾ ਤੇ ਅਸੀਂ ਦੋ ਬਾਰੀ ਉਸ ਲੜਕੇ ਦੀ ਵਕੀਲ ਰਾਹੀਂ ਜਮਾਨਤ ਦਿਵਾਉਣ ਦੀ ਕੋਸ਼ਿਸ਼ ਕੀਤੀ ਪਰ ਦੇਖੋ ਦੋ ਬਾਰੀ ਸਾਰੀ ਜਿਹੜੀ ਜਮਾਨਤ ਸੀਗੇ ਉਹਦੇ ਕਾਗਜ਼ ਰਿਜੈਕਟ ਹੋ ਗਏ ਜਾਂ ਜਦ ਇਹ ਗੱਲ ਬਾਤ ਉਸ ਮਾਈ ਨੇ ਮਹਾਂਪੁਰਖਾਂ ਦੱਸੀ ਤੇ ਫਿਰ ਬਾਬਾ ਜੀ ਸਿੰਘ ਦੀ ਅਨਸਾਲੀ ਵਾਲੇ ਕਹਿਣ ਲੱਗੇ ਕਹਿੰਦੇ ਦੇਖੋ ਭਾਈ ਇੱਥੇ ਦੇਖੋ ਅਦਾਲਤਾਂ ਹੈਗੀਆਂ ਇਹਨਾਂ ਅਦਾਲਤਾਂ ਦੇ ਵਿੱਚ ਝੂਠ ਬੋਲਣ ਦੀ ਕਿੱਡੀ ਸਜ਼ਾ ਹੈਗੀ ਆ ਇਹ ਸਜ਼ਾ ਦੇਖੋ ਇਸ ਲੜਕੇ ਨੇ ਜਿਹੜੀ ਦੁਨੀਆ ਦੇ ਸਾਹਮਣੇ ਕੀਤੀ ਆ ਇਹ ਤਾਂ ਹੁਣ ਲੋਕੀ ਸ਼ਿਪੀ ਨਹੀਂ ਆ ਜਿਹਨੇ ਐਨੇ ਕੋਰਟ ਦੇ ਨਾਲ ਹੀ ਝੂਠ ਬੋਲ ਦਿੱਤਾ ਹੈਗਾ ਹੁਣ ਕੋਰਟ ਦੇ ਨਾਲ ਝੂਠੇ ਕਾਗਜ਼ ਬਣਾਏ ਆ ਤੇ ਇਹ ਲੜਕਾ ਇਹਦਾ ਮਾਈ ਦਾ ਜੇਲ੍ਹ ਚ ਆ ਤੇ ਇਹਨੂੰ ਸਜ਼ਾ ਹੈਗੀ ਦੀ ਜਮਾਨਤ ਨਹੀਂ ਹੁੰਦੀ ਤੇ ਫਿਰ ਮਹਾਂਪੁਰ ਕਹਿਣ ਲੱਗੇ ਦੇਖੋ ਜੇ ਇਥੇ ਝੂਠ ਬੋਲਣ ਦੀ ਇਸ ਦੁਨੀਆ 'ਚ ਐਡੀ ਸਜ਼ਾ ਹੈਗੀ ਆ ਤੇ ਜਿਹੜੀ ਸੱਚ ਦੀ ਅਦਾਲਤ ਪਰਮੇਸ਼ਰ ਦੀ ਆ ਉਹਦੇ ਵਿੱਚ ਝੂਠ ਬੋਲਣ ਦੀ ਕਿੱਡੀ ਭਾਰੀ ਸਜ਼ਾ ਹੋਊਗੀ ਜਦ ਮਹਾਂਪੁਰ ਖਾਂ ਇਹ ਵਿਚਾਰੇ ਸਾਰੀ ਸੰਗਤ ਦੇ ਵਿੱਚ ਫਿਰ ਦੱਸਿਆ ਸੀਗਾ ਸੇ ਸੰਗਤ ਸਾਰੀ ਨੇ ਹੱਥ ਜੋੜ ਦਿੱਤੇ ਜੋੜ ਤੋਂ ਬਾਅਦ ਫਿਰ ਮਾਪੁਰਖਾਂ ਲੱਗੇ ਕੰਡੇ ਦੇਖੋ ਭਾਈ ਉਸ ਅਦਾਲਤ ਦੇ ਵਿੱਚ ਤਾਂ ਸੱਚੋ ਸੱਚ ਹੀ ਨਿਬੜਦਾ ਹੈਗਾ ਇੱਥੇ ਤਾਂ ਚਲੋ ਮੋੜਾ ਮੋਟਾ ਝੂਠ ਚੱਲ ਵੀ ਜਾਂਦਾ ਹੈਗਾ ਪਰ ਫੇ ਵੀ ਦੇਖ ਤੇਰੇ ਲੜਕੇ ਦੀ ਇਹ ਜੋ ਝੂਠੀ ਕਾਗਜ਼ਾਂ ਦੀ ਕੀਤੀ ਹੋਈ ਨਥੀ ਜਦ ਜੱਜ ਨੇ ਦੇਖੀ ਆ ਤੇ ਉਹ ਵੀ ਸਜ਼ਾ ਦੇ ਵਿੱਚ ਵੜ ਗਿਆ ਹੈਗਾ ਜਦ ਇੰਨੀ ਗੱਲ ਹੋਈ ਆ ਤੇ ਫਿਰ ਮਾਪੁਰਖਾਂ ਦੇ ਪਾਸ ਹੋਰ ਸੰਗਤ ਆ ਗਈ ਜਦ ਹੋਰ ਸੰਗਤ ਆਈ ਸੰਗਤਾਂ ਉਹਨਾਂ ਦੇ ਨਾਲ ਮਹਾਂਪੁਰਖ ਫਿਰ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਨ ਲੱਗ ਪਏ। ਜਦੋਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ ਇਹ ਮਾਈ ਦੀ ਗੱਲ ਜਿਹੜੀ ਸੀ ਮਾਈ ਨੇ ਸੋਚਿਆ ਵੀ ਸ਼ਾਇਦ ਵਿੱਚ ਹੀ ਰਹਿ ਗਈ ਆ। ਉਸ ਤੋਂ ਬਾਅਦ ਫਿਰ ਸੰਗਤ ਜਿਹੜੀ ਸੀਗੀ ਉਹ ਹੋਰ ਗੱਲਾਂ ਬਾਤਾਂ ਕਰਦੀ ਕਰਦੀ ਮਹਾਂਪੁਰਖਾਂ ਨੇ ਫਿਰ ਜਿਹੜੀ ਸਾਰੀ ਸੰਗਤ ਨੂੰ ਇਹ ਕਹਿਤਾ ਕਿ ਭਾਈ ਸਾਡਾ ਹੁਣ ਆਰਾਮ ਕਰਨ ਦਾ ਟਾਈਮ ਹੋ ਗਿਆ। ਤੁਸੀਂ ਸਾਰੀਆਂ ਸੰਗਤਾਂ ਹੁਣ ਇੱਦਾਂ ਕਰੋ ਹੁਣ ਬਾਹਰ ਚਲੇ ਜਾਓ। ਦੇਖੋ ਜੀ ਸੰਗਤਾਂ ਜਿਹੜੀ ਸੀ ਹੁਕਮ ਮੰਨ ਕੇ ਉੱਠ ਕੇ ਬਾਹਰ ਚਲੇ ਗਈਆਂ। ਉਮਾਈ ਜਿਹੜੀ ਲੜਕੇ ਦੀ ਜਮਾਨਤ ਵਾਸਤੇ ਬੇਨਤੀ ਕਰਨ ਆਈ ਸੀ ਉਹ ਵੀ ਫੇਰ ਉੱਠ ਕੇ ਬਾਹਰ ਚਲ ਗਈ ਜਦ ਉਹ ਵੀ ਉੱਠ ਕੇ ਬਾਹਰ ਗਈ ਤਾਂ ਦੇਖੋ ਫਿਰ ਉਮਾਈ ਦੇ ਮਨ ਚ ਆਇਆ ਕਿ ਮੇਰੀ ਗੱਲ ਮਹਾਂਪੁਰਖ ਨੇ ਚਲਾਈ ਸੀ ਪਰ ਉਸ ਤੋਂ ਬਾਅਦ ਕਈ ਹੋਰ ਗੱਲਾਂ ਸ਼ੁਰੂ ਹੋ ਗਈਆਂ ਮਹਾਂਪੁਰਖ ਨੇ ਤਾਂ ਕੋਈ ਜਵਾਬ ਨਹੀਂ ਦਿੱਤਾ ਕਿ ਮੇਰੇ ਲੜਕੇ ਦਾ ਕੀ ਬਣੂਗਾ ਦੇਖੋ ਦੂਸਰੇ ਦਿਨ ਮਾਈ ਫੇਰ ਆਈ ਜਦ ਫੇਰ ਆਈ ਤਾਂ ਉਸ ਦਿਨ ਫਿਰ ਮਹਾਂਪੁਰਖ ਜਿਹੜੇ ਸੀ ਅੰਦਰ ਆਪਣੇ ਭਜਨ ਸਿਮਰਨ ਦੇ ਵਿੱਚ ਆਪਣੇ ਦੇਜ ਸੁਰੂਪ ਦਾ ਧਿਆਨ ਕਰਕੇ ਬੈਠੇ ਸੀ ਪੂਰਾ ਦਿਨ ਦਰਵਾਜ਼ਾ ਨਹੀਂ ਖੁੱਲਿਆ ਜਦ ਦਰਵਾਜ਼ਾ ਨਹੀਂ ਖੁੱਲਿਆ ਤਾਂ ਮਾਈ ਫਿਰ ਅਢੀਕ ਕੇ ਇੰਤਜ਼ਾਰ ਕਰਕੇ ਫਿਰ ਘਰ ਵਾਪਸ ਚਲੀ ਗਈ ਜਦ ਘਰ ਵਾਪਸ ਚਲੀ ਗਈ ਤੀਸਰੇ ਦਿਨ ਮਾਈ ਫਿਰ ਪ੍ਰਸ਼ਾਦ ਫਰੂਟਾਂ ਦਾ ਲੈ ਕੇ ਆਈ ਜਦ ਲੈ ਕੇ ਆਈ ਫਿਰ ਸੰਗਤ 'ਚ ਬੈਠ ਗਈ ਜਦ ਸੰਗਤ 'ਚ ਬੈਠੀ ਤਾਂ ਫਿਰ ਮਹਾਂਪੁਰਖਾਂ ਦੀ ਨਜ਼ਰ ਫੇਰ ਉਸ ਮਾਈ ਤੇ ਪਈ ਜਦ ਮਾਈ ਤੇ ਪਈ ਤਾਂ ਭਾਈ ਪਰਮਜੀਤ ਸਿੰਘ ਕਹਿਣ ਲੱਗੇ ਕਿ ਮਾਈ ਰੋਜ਼ ਬਾਰ-ਬਾਰ ਕਿਉਂ ਆਉਂਦੀ ਹੈ ਜਦ ਇਹਨੀ ਗੱਲ ਹੋਈ ਆ ਤੇ ਫਿਰ ਭਾਈ ਪਰਮਜੀਤ ਸਿੰਘ ਉਸ ਮਾਈ ਦੇ ਪਾਸ ਗਏ ਮਾਈ ਨੂੰ ਕਹਿਣ ਲੱਗੇ ਕਿ ਮਾਹਪੁਰਖ ਤੈਨੂੰ ਕਹਿੰਦੇ ਕਿ ਤੂੰ ਰੋਜ਼-ਰੋਜ਼ ਕਿਉਂ ਇੱਧਰ ਆਉਂਦੀ ਆ ਜਦ ਇੰਨੀ ਗੱਲ ਹੋਈ ਤੇ ਮਾਈ ਕਹਿਣ ਲੱਗੀ ਕਿ ਮਾਹਪੁਰਖ ਉਹ ਦਿਨ ਮੈਂ ਬੇਨਤੀ ਕਰਨ ਆਈ ਸੀ ਕਿ ਮੇਰੇ ਲੜਕੇ ਦੀ ਜਿਹੜੀ ਜਮਾਨਤ ਨਹੀਂ ਹੋ ਰਹੀ ਸੋ ਗੱਲਾਂ ਹੋਰ ਤੁਰਪੀਆਂ ਸੰਗਤ ਹੋਰ ਆ ਗਈ ਮੇਰੀ ਗੱਲ ਤਾਂ ਵੇਚੀ ਰਹਿ ਗਈ ਹੈ ਤੇ ਇਸ ਕਰਕੇ ਮੈਂ ਫੇਰ ਆਈ ਸੀ ਕੱਲ ਆਈ ਸੀ ਕੱਲ ਆਪ ਜੀ ਦਾ ਦਰਵਾਜ਼ਾ ਬੰਦ ਸੀਗਾ ਅੱਜ ਫੇਰ ਆਈ ਆ ਜਦ ਇੰਨੀ ਗੱਲ ਹੋਈ ਤੇ ਫਿਰ ਭਾਈ ਪਰਮ ਸਿੰਘ ਜੀ ਨੇ ਜਦ ਮਾਹਪੁਰਖਾਂ ਨੂੰ ਦੱਸਿਆ ਕਿ ਗੱਲ ਵਿਚਲੀ ਆ ਹੈਗੀ ਆ ਮਾਈ ਕਹਿੰਦੀ ਮੇਰੀ ਗੱਲ ਨਹੀਂ ਹੋਈ ਜਦ ਇੰਨੀ ਗੱਲ ਹੋਈ ਤੇ ਬਾਬਾ ਜੀ ਭਾਈ ਪਰਮਜੀਤ ਸਿੰਘ ਨੂੰ ਕਹਿਣ ਲੱਗੇ ਕਹਿੰਦੇ ਪਾਈ ਉਹਦਾ ਕੰਮ ਤਾਂ ਪਰਸਾ ਹੀ ਹੋ ਗਿਆ ਸੀਗਾ ਇਸ ਕਰਕੇ ਉਹਨੂੰ ਕਹੇ ਇੱਥੇ ਹੁਣ ਬਾਰ ਬਾਰ ਨਾ ਆ ਤੇਰਾ ਕੰਮ ਤਾਂ ਉਹ ਦਿਨ ਹੀ ਹੋ ਗਿਆ ਸੀ ਜਦ ਦਿਨ ਤੂੰ ਪਹਿਲੇ ਦਿਨ ਆਈਂ ਜਦ ਇੰਨੀ ਗੱਲ ਹੋਈ ਤੇ ਭਾਈ ਪਰਮਜੀਤ ਸਿੰਘ ਜੀ ਬੜੇ ਹੈਰਾਨ ਹੋ ਗਏ ਕਿ ਮਾਹਪੁਰਖਾਂ ਨੇ ਕੋਈ ਗਲਤੀ ਕੀਤੀ ਨਹੀਂ ਗੱਲਾਂ ਤਾਂ ਹੋਰ ਤਰ੍ਹਾਂ ਪਈਆਂ ਹੈਗੀਆਂ ਤੇ ਮਾਹਪੁਰ ਕਹਿੰਦੇ ਮਾਈ ਦਾ ਕੰਮ ਹੋ ਗਿਆ ਹੈਗਾ ਖੈਰ ਭਾਈ ਪਰਮਜੀਤ ਸੱਤ ਵਜੇਨ ਕਰਕੇ ਮਾਈ ਨੂੰ ਕਹਿਣ ਲੱਗੇ ਮਾਈ ਜਾਂ ਤੂੰ ਘਰ ਚਲੇ ਜਾ ਤੇਰਾ ਕਮੋਤ ਮਹਾਂਪੁਰਖ ਨੇ ਉਦਣ ਪਹਿਲੇ ਤੇ ਨਹੀਂ ਕਰ ਦਿੱਤਾ ਸੀ ਜਦ ਇੰਨੀ ਗੱਲ ਹੋਈ ਉਹ ਮਾਈ ਉੱਠ ਕੇ ਬੜੀ ਹੈਰਾਨ ਹੋਈ ਤੇ ਬਾਬਾ ਜੀ ਨੂੰ ਕਹਿਣ ਲੱਗੀ ਕਿ ਮੇਰਾ ਕੰਮ ਉਦਣ ਹੋ ਗਿਆ ਸੀਗਾ ਜੇ ਉਦਣ ਹੁੰਦਾ ਤੇ ਮੈਨੂੰ ਪਤਾ ਨਾ ਲੱਗਦਾ ਤੇ ਉਸ ਦਿਨ ਤੋਂ ਮਹਾਂਪੁਰਖਾਂ ਨੇ ਮੇਰੇ ਨਾਲ ਕੋਈ ਬਚ ਨਹੀਂ ਨਹੀਂ ਕੀਤਾ ਹੈਗਾ ਕਿਉਂਕਿ ਉਦੜ ਸੰਗਤ ਹੋਰ ਆ ਗਈ ਸੀ ਉਸ ਤੋਂ ਬਾਅਦ ਫਿਰ ਕੱਲ ਮੈਂ ਐ ਕੱਲ ਪੂਰਾ ਦਿਨ ਬੰਦ ਸੀਗਾ ਕਮਰਾ ਪਰ ਅੱਜ ਜਦ ਆਈਆਂ ਤੋਂ ਮਹਾਪੁਰ ਕਿੰਨੇ ਤੇਰਾ ਕੰਮ ਪਰਸੋਂ ਹੋ ਗਿਆ ਹੈਗਾ ਪਰ ਮੈਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਜਦ ਇੰਨੀ ਗੱਲ ਹੋਈ ਤੇ ਫਿਰ ਨਾਲ ਦੀ ਸੰਗਤ ਮਾਈ ਨੂੰ ਕਹਿਣ ਲੱਗੀ ਕਹਿਣ ਲੱਗੀ ਮਾਤਾ ਜੀ ਹੁਣ ਤੁਸੀਂ ਜਾਓ ਤੁਹਾਨੂੰ ਮਹਾਪੁਰਖਾਂ ਦੀ ਅਗੰਮੀ ਖੇਡਾਂ ਦਾ ਪਤਾ ਨਹੀਂ ਹੈ ਤੁਸੀਂ ਘਰ ਚਲੇ ਜਾ ਜਦ ਇੰਨੀ ਗੱਲ ਹੋਈ ਦੇਖੋ ਮਾਈ ਘਰ ਚਲੇ ਗਈ ਜਦ ਘਰ ਗਈ ਆ ਤੇ ਸ਼ਾਮ ਨੂੰ ਉਹਦਾ ਲੜਕਾ ਜੇਲ੍ਹ ਦੇ ਵਿੱਚੋਂ ਰਿਹਾਅ ਹੋ ਕੇ ਵਾਪਸ ਆ ਗਿਆ ਜਦ ਘਰ ਆ ਗਿਆ ਤਾਂ ਮਾਈ ਬੜੀ ਹੱਕੀ ਬੱਕੀ ਹੋ ਗਈ ਆਪਣੇ ਲੜਕੇ ਨੂੰ ਦੇਖ ਕੇ ਜਦ ਲੜਕੇ ਨੂੰ ਦੇਖ ਕੇ ਬੜੀ ਹੱਕੀ ਬੱਕੀ ਹੋਈ ਤਾਂ ਉਹ ਆਪਣੇ ਬੱਚੇ ਨੂੰ ਕਹਿਣ ਲੱਗੀ ਕੇ ਪਈ ਤੂੰ ਕਿ ਮੈਂ ਜੇਲ੍ਹ ਚ ਵਾ ਗਿਆ ਹੈਗਾ ਜਦ ਇੰਨੀ ਗੱਲ ਹੋਈ ਤਾਂ ਉਹਨੇ ਲੜਕੇ ਨੇ ਬੜੀ ਇੱਕ ਅਜਬ ਕਹਾਣੀ ਜਿਹੜੀ ਸੀ ਆਪਣੀ ਮਾਤਾ ਨੂੰ ਸੁਣਾਈ ਉਹ ਕਹਾਣੀ ਇਹ ਸੀ ਉਹਦਾ ਲੜਕਾ ਕਹਿਣ ਲੱਗਾ ਕਿ ਮਾਤਾ ਜੀ ਤੁਹਾਨੂੰ ਕੀ ਦੱਸੀਏ ਕਹਿਣ ਲੱਗੇ ਕਿ ਉਦਣ ਜੇਲ੍ਹ ਦੇ ਵਿੱਚ ਇੱਕ ਨਵਾਂ ਜੱਜ ਜਿਹੜਾ ਕੋਰਟ ਦਾ ਸੀਗਾ ਕਹਿੰਦੇ ਉਹ ਆਪਣੀ ਗੱਡੀ ਚ ਆ ਰਿਹਾ ਸੀਗਾ ਜਦ ਆ ਰਿਹਾ ਸੀ ਜਿਹੜਾ ਪੁਰਾਣਾ ਜੱਜ ਉਹਦੀ ਬਦਲੀ ਹੋ ਗਈ ਤੇ ਨਵਾਂ ਜੱਜ ਜੇਲ੍ਹ ਦੇ ਮੋੜ ਦੀ ਲੰਘਣ ਲੱਗਾ ਤੇ ਉਹਦੇ ਮਨ ਦੇ ਵਿੱਚ ਫੁਰਨ ਆਇਆ ਵੀ ਚਲੋ ਮੈਂ ਨਵਾਂ ਜੱਜ ਆਇਆ ਅਮਰਸਰ ਦੇ ਵਿੱਚ ਤੇ ਕਿਉਂ ਨਾ ਮੈਂ ਜੇਲ੍ਹ ਦੇ ਕੋਲ ਦੀ ਜਾ ਰਿਹਾ ਜੇਲ੍ਹ ਦਾ ਮਯਾਨਾ ਹੀ ਕਰ ਲਵਾਂ ਜੇਲ੍ਹ ਦੇਖ ਲਵਾਂ ਥੋੜੀ ਜਿਹੀ ਕਹਿੰਦੇ ਇਹ ਜਦੋਂ ਮਨ 'ਚ ਆਈ ਤੇ ਉਹ ਜੱਜ ਨੇ ਡਰਾਈਵਰ ਨੂੰ ਕਿਹਾ ਤੇ ਵੀ ਗੱਡੀ ਰੋਕ ਦੇ ਮੈਂ ਥੋੜਾ ਜਿਹੜਾ ਜੇਲ੍ਹ ਸੁਪਰਡੈਂਟ ਉਹਨੂੰ ਮਿਲ ਕੇ ਆਉਣਾ ਹੈਗਾ ਦੇਖੋ ਡਰਾਈਵਰ ਨੇ ਗੱਡੀ ਰੋਕੀ ਜਦ ਡਰਾਈਵਰ ਨੇ ਗੱਡੀ ਰੋਕੀ ਤੇ ਉਹ ਜਿਹੜਾ ਨਵਾਂ ਜੱਜ ਸਿਕੰਦਰ ਚਲੇ ਗਿਆ ਜਦ ਅੰਦਰ ਚਲੇ ਗਿਆ ਤੇ ਹੁਣ ਜੇਲ੍ਹ ਦੇ ਵਿੱਚ ਸੁਪਰਡੈਂਟ ਨੂੰ ਪਤਾ ਲੱਗਿਆ ਕਿ ਜੱਜ ਸਾਹਿਬ ਨਵੇਂ ਜਿਹੜੇ ਆ ਉਹ ਜੇਲ੍ਹ ਦੇ ਵਿੱਚ ਆਏ ਰਹੇ ਗੱਲ ਕੀ ਸਾਰੀ ਜੇਲ੍ਹ ਦੇ ਵਿੱਚ ਜਕਦਮ ਜਿਹੜੀ ਸੀ ਉਹ ਸੁਪਰਡੈਂਟ ਨੇ ਕਿਹਾ ਤਾਂ ਕਿ ਨਵੇਂ ਜੱਜ ਆਏ ਇਸ ਕਰਕੇ ਉਹਨਾਂ ਦਾ ਆਉ ਭਗਤ ਕੀਤਾ ਜਾਵੇ ਦੇਖੋ ਜਿਹੜੇ ਨਵੇਂ ਜੱਜ ਆਏ ਸੀ ਇਹ ਸਿੱਧੇ ਆ ਕੇ ਸੁਪਰਡੈਂਟ ਦਾ ਜਿਹੜਾ ਆਫਿਸ ਹੈਗਾ ਦਫ਼ਤਰ ਉਹਦੇ ਵਿੱਚ ਬੈਠ ਗਏ ਜਦ ਉਹਦੇ ਵਿੱਚ ਬੈਠੇ ਤਾਂ ਸੁਪਰਡੈਂਟ ਨੇ ਕੀ ਕੀਤਾ ਉਸੇ ਟਾਈਮ ਆਪਣੇ ਜਿਹੜੇ ਨਾਲ ਦੇ ਸੰਗੀ ਸਾਥੀ ਸੀ ਉਹਨਾਂ ਨੇ ਕਿਹਾ ਕਿ ਜਾ ਕੇ ਹਨਾ ਵਧੀਆ ਜੀ ਚਾਹ ਬਣਾ ਕੇ ਲੈ ਕੇ ਆਓ ਜੱਜ ਸਾਹਿਬ ਆਇਆ ਇਹਨਾਂ ਦੀ ਸੇਵਾ ਕਰੀਏ ਜਦ ਇੰਨੀ ਗੱਲ ਹੋਈ ਤਾਂ ਜਿਹੜੇ ਡਿਊਟੀ ਦੇ ਹੋਰ ਅਫਸਰ ਸੀ ਉਹਨਾਂ ਦੇ ਵਿੱਚੋਂ ਉਹਨਾਂ ਨੇ ਜਿਹੜੇ ਜੇਲ੍ਹ ਦੇ ਵਿੱਚ ਨਵੇਂ ਤਿੰਨ ਕਰਮਚਾਰੀ ਸੀ ਉਹਨਾਂ ਨੂੰ ਕਹਿਤਾ ਕਿ ਤੁਸੀਂ ਇਹਨਾਂ ਵਧੀਆ ਚਾਹ ਬਣਾਓ ਜਦ ਇੰਨੀ ਗੱਲ ਹੋਈ ਤੇ ਨਾ ਤਿੰਨਾ ਕਰਮਚਾਰੀਆਂ ਵਿੱਚੋਂ ਮਾਈ ਦਾ ਲੜਕਾ ਵੀ ਸੀ ਦੇਖੋ ਉਸ ਮਾਈ ਦੇ ਲੜਕੇ ਨੇ ਜਿਹਦੀ ਜਮਾਨਤ ਨਹੀਂ ਸੀ ਹੁੰਦੀ ਉਹਨੇ ਚਾਹ ਬਣਾਈ ਜਦ ਉਹ ਚਾਹ ਲੈ ਕੇ ਜੱਜ ਦੇ ਸਾਹਮਣੇ ਆਇਆ ਉਹ ਜੱਜ ਨੇ ਬੜੀ ਹੈਰਾਨੀ ਜਾਣ ਕੇ ਉਸ ਲੜਕੇ ਦੇ ਚਿਹਰੇ ਵਾਲ ਦੇਖਿਆ ਜਦ ਦੇਖਿਆ ਤੇ ਦੋ ਤਿੰਨ ਵਾਰ ਹੀ ਦੇਖ ਕੇ ਅਕੇ ਰੋਪੇ ਉਹ ਜੱਜ ਸੁਪਰਡੈਂਟ ਜੇਲਰ ਨੂੰ ਕਹਿਣ ਲੱਗਾ ਵੀ ਆ ਜਿਹੜਾ ਲੜਕਾ ਚਾ ਲੈ ਕੇ ਆਇਆ ਹੈਗਾ ਇਹ ਕੇਸ ਕੇਸ ਦੇ ਵਿੱਚ ਸ਼ਾਮਲ ਹੈਗਾ ਜਦ ਇੰਨੀ ਗੱਲ ਹੋਈ ਤੇ ਫਿਰ ਜੱਜ ਸਾਹਿਬ ਕਹਿਣ ਲੱਗੇ ਕਿ ਤੁਹਾਨੂੰ ਕੀ ਦੱਸੀ ਹੈ ਇਹਨੇ ਕਿਸੇ ਦੀ ਜ਼ਮਾਨਤ ਦੇਣ ਵਾਸਤੇ ਝੂਠੇ ਕਾਗਜ਼ ਆ ਤਿਆਰ ਕੀਤੇ ਆ ਤੇ ਜ ਜਾਨ ਨੇ ਕਾਗਜ਼ ਆ ਤਿਆਰ ਕੀਤੇ ਆ ਤੇ ਜੱਜ ਜੱਜ ਨੇ ਇਹਦੀ ਇਨਕੁਆਰੀ ਕਰਾਈ ਆ ਉਹ ਕਾਗਜ਼ ਸਾਰੇ ਝੂਠੇ ਨਿਕਲੇ ਆ ਜਿਸ ਕਰਕੇ ਇਸ ਨੂੰ ਵੀ ਸਜ਼ਾ ਹੋ ਗਈ ਆ ਜਦ ਇੰਨੀ ਗੱਲ ਹੋਈ ਤੇ ਉਹ ਜੱਜ ਸਾਹਿਬ ਸੁਪਰਡੈਂਟ ਨੂੰ ਕਹਿਣ ਲੱਗੇ ਵੀ ਮੈਂ ਇਹ ਹੀ ਦੇਖਦਾ ਹੈ ਵੀ ਇਹ ਲੜਕਾ ਤਾਂ ਮੈਨੂੰ ਲੱਗਦਾ ਨਹੀਂ ਕੋਈ ਮਰਜ਼ਮ ਹੋਵੇ ਹਾਂ ਜਿਹੜੀ ਤੁਸੀਂ ਗੱਲ ਦੱਸੀ ਹੈ ਇਹਨੇ ਤਾਂ ਬਹੁਤ ਵੱਡੀ ਗਲਤੀ ਕੀਤੀ ਹੈ ਇਹ ਕੰਮ ਇਹਨੂੰ ਕਰਨਾ ਸੀ ਨਹੀਂ ਸੀ ਚਾਹੀਦਾ ਉਸ ਤੋਂ ਬਾਅਦ ਦੇਖੋ ਉਸੇ ਨਵੇਂ ਜੱਜ ਨੇ ਫਿਰ ਉਸ ਲੜਕੇ ਨੂੰ ਪੁੱਛਿਆ ਕਾਕਾ ਵੀ ਤੂੰ ਜੇਲ੍ਹ ਦੇ ਵਿੱਚ ਕਿਵੇਂ ਆਇਆ ਹੈਗਾ ਜਦ ਇੰਨੀ ਗੱਲ ਹੋਈ ਉਹ ਲੜਕਾ ਕਹਿਣ ਲੱਗਾ ਜੀ ਤੁਹਾਨੂੰ ਕੀ ਦੱਸੀ ਮਾੜੀ ਕਿਸਮਤ ਦੀਆਂ ਗੱਲਾਂ ਹੈ ਜਦ ਇੰਨੀ ਗੱਲ ਹੋਈ ਜੱਜ ਸਾਹਿਬ ਕਹਿਣ ਲੱਗੇ ਵੀ ਕੀ ਗੱਲ ਹੋਈ ਫੇਰ ਲੜਕੇ ਨੇ ਸਾਰੀ ਜਿਹੜੀ ਗੱਲਬਾਤ ਸੀ ਜੱਜ ਸਾਹਮਣੇ ਖੋਲ੍ਹ ਦਿੱਤੀ ਕਿ ਮੈਂ ਆਪਣੇ ਮਿੱਤਰ ਨੂੰ ਛਡਾਉਣ ਵਾਸਤੇ ਝੂਠੇ ਕਾਗਜ਼ ਆ ਤਿਆਰ ਕਰ ਲਏ ਸੀਗੇ ਤੇ ਇਹਦੇ ਵਿੱਚ ਜਿਹੜੀ ਮੈਂ ਜ਼ਮੀਨ ਦੀ ਫਰਦ ਬਣਾਈ ਸੀ ਉਹ ਝਾਲੀ ਬਣਾਲੀ ਸੀਗੀ ਜਿਸ ਕਰਕੇ ਇਹਨੂੰ ਕਾਰੀ ਜ਼ੁਬਾਤ ਮੇਰੀ ਇਹ ਜਿਹੜੀ ਝੂਠੀ ਫਰਦ ਸੀ ਪਕੜੀ ਗਈ ਤੇ ਫਿਰ ਜੱਜ ਸਾਹਿਬ ਨੇ ਥੱਲੇ ਲਿਖ ਦਿੱਤਾ ਹੈਗਾ ਕਿ ਇਸ ਨੂੰ ਜੇਲ੍ਹ ਦੇ ਵਿੱਚ ਸਜ਼ਾ ਦਿੱਤੀ ਜਾਵੇ ਇਹਨੇ ਕੋਰਟ ਦੇ ਨਾਲ ਧੋਖਾ ਕੀਤਾ ਹੈ ਤੇ ਇਹਦੀ ਜਮਾਨ ਤੇ ਜਿਹੜੀ ਉਹ ਨਹੀਂ ਹੋ ਸਕਦੀ ਉਹ ਤੇ ਥੱਲੇ ਹਨਾ ਜੱਜ ਸਾਹਿਬ ਨੇ ਲਾਲ ਲਕੀਰ ਜਿਹੜੀ ਆ ਉਹ ਫੇਰ ਦਿੱਤੀ ਆ ਜਦ ਇੰਨੀ ਗੱਲ ਹੋਈ ਤਾਂ ਫੇਰ ਦੇਖੋ ਜੱਜ ਜਿਹੜਾ ਸੀ ਸੋਚੀ ਪੈ ਗਿਆ ਇੱਕ ਮਿੰਟ ਉਚਪ ਰਹਿਣ ਤੋਂ ਬਾਅਦ ਫੇਰ ਉਹ ਲੜਕੇ ਨੂੰ ਬੋਲਿਆ ਕਹਿੰਦੇ ਕਾਕਾ ਗੱਲ ਇੱਕ ਹੈਗੀ ਆ ਤੇਰਾ ਜੁਰਮ ਤਾਂ ਬਾਕੀ ਵੱਡਾ ਜੁਰਮ ਹੈਗਾ ਕਿਉਂਕਿ ਦੇਖੋ ਅਗਰ ਕੋਈ ਕਿਸੇ ਦੇ ਨਾਲ ਧੋਖਾ ਕਰਦਾ ਗੱਲ ਹੋਰ ਪਰ ਤੂੰ ਤਾਂ ਕੋਰਟ ਦੇ ਨਾਲ ਹੀ ਧੋਖਾ ਕੀਤਾ ਜੱਜ ਨਾਲ ਧੋਖਾ ਕੀਤਾ ਹੈਗਾ ਇਸ ਕਰਕੇ ਸਜ਼ਾ ਤਾਂ ਤੇਰੀ ਬਣਦੀ ਹੈਗੀ ਆ ਪਰ ਮੈਂ ਇਹ ਅਖਦਾ ਹਾਂਗਾ ਕਿ ਤੂੰ ਇਹੋ ਜਿਹਾ ਕੰਮ ਦੁਬਾਰਾ ਤਾਂ ਨਹੀਂ ਕਦੀ ਕਰੂੰਗਾ ਇਹੋ ਜਿਹੀ ਗਲਤੀ ਦੁਬਾਰਾ ਤਾਂ ਨਹੀਂ ਕਰੂੰਗਾ ਜਦ ਨਵੇਂ ਜੱਜ ਸਾਹਿਬ ਨੇ ਉਸ ਲੜਕੇ ਨੂੰ ਆਖਿਆ ਤਾਂ ਲੜਕਾ ਕੰਨਾਂ ਨੂੰ ਹੱਥ ਲਾਈ ਕੇ ਆਉਣ ਲਗਾ ਜੇ ਇੱਕ ਵਾਰੀ ਮੇਰੇ ਤੋਂ ਗਲਤੀ ਹੋ ਗਈ ਆ ਪਰ ਅੱਗੇ ਤੋਂ ਮੈਂ ਇਹੋ ਜਿਹਾ ਕੰਮ ਕੋਈ ਨਹੀਂ ਕਰੂੰਗਾ ਜਦ ਇੰਨੀ ਗੱਲ ਹੋਈ ਆ ਤਾਂ ਫਿਰ ਜੱਜ ਸਾਹਿਬ ਉਸ ਜੇਲ ਸੁਪਰਡੈਂਟ ਨੂੰ ਆਖਣ ਲੱਗੇ ਕਿੰਦੇ ਦੇਖੋ ਇਹ ਲੜਕੇ ਨੇ ਆਪਣੀ ਗਲਤੀ ਮੰਨ ਲਈ ਹੈ ਇਹਨੂੰ ਅੰਦਰੋਂ ਸਾਸ ਹੋ ਗਿਆ ਵੀ ਜਿਹੜਾ ਮੈਂ ਕੰਮ ਕੀਤਾ ਹੈਗਾ ਉਹ ਗਲਤ ਹੋਆ ਤੇ ਮੈਂ ਦਿਲੋਂ ਵੀ ਇਹ ਮੰਨਦਾ ਹੈਗਾ ਕਿ ਇਹ ਲੜਕਾ ਹੁਣ ਮੁੜ ਕੇ ਕਦੀ ਕੋਈ ਗਲਤੀ ਨਹੀਂ ਕਰੂਗਾ ਉਸ ਤੋਂ ਬਾਅਦ ਦੇਖੋ ਜੱਜ ਨੇ ਉਸੇ ਟਾਈਮ ਆਪਣਾ ਇੱਕ ਕਰਮਚਾਰੀ ਭੇਜ ਕੇ ਇਹਦੀ ਫਾਈਲ ਮੰਗਾਈ ਜਦੋਂ ਕੋਰਟ ਤੋਂ ਇਹਦੀ ਫਾਈਲ ਮੰਗਾਈ ਜੇਲ੍ਹ ਦੇ ਵਿੱਚ ਬੈਠੇ ਉਸ ਜੱਜ ਨੇ ਫਾਈਲ ਪੜ੍ਹੀ ਫਾਈਲ ਪੜ੍ਹਨ ਤੋਂ ਬਾਅਦ ਫਿਰ ਜੱਜ ਨੇ ਸੁਪਰਡੈਂਟ ਨੂੰ ਆਖ ਦਿੱਤਾ ਕਿ ਇਸ ਲੜਕੇ ਨੂੰ ਜੇਲ੍ਹ ਦੇ ਵਿੱਚੋਂ ਹੀ ਤੁਸੀਂ ਹਨਾ ਬਾਈ ਇਜਤ ਬਰੀ ਕਰ ਦਿਓ ਕਿਉਂ ਕਿ ਇਹਨੇ ਆਪਣਾ ਜਿਹੜਾ ਜ਼ੁਲਮ ਕਬੂਲ ਕਰ ਲਿਆ ਤੇ ਇਸ ਕਰਕੇ ਅਸੀਂ ਇਹਨੂੰ ਇਸ ਦੇ ਜ਼ੁਲਮ ਕਬੂਲ ਕਰਨ ਦੇ ਨਾਲ-ਨਾਲ ਇਸ ਦੀ ਜਿਹੜੀ ਸ਼ਰਮਸਾਰਤਾ ਅੰਦਰ ਹੈਗੀ ਆ ਉਸ ਨੂੰ ਦੇਖਦੇ ਹੋਏ ਇਸ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੰਦੇ ਹਾਂ ਕਿਉਂਕਿ ਸਾਨੂੰ ਲੱਗਦਾ ਕਿ ਲੜਕਾ ਅੱਗੇ ਤੋਂ ਕਦੀ ਗਲਤੀ ਨਹੀਂ ਕਰੂਗਾ ਸੋ ਕਹਿਣ ਤੋਂ ਬਾਅਦ ਇਹ ਸੀਗਾ ਕਿ ਜੱਜ ਨੇ ਉਸ ਲੜਕੇ ਨੂੰ ਉਸ ਜੇਲ੍ਹ ਦੇ ਵਿੱਚ ਬੈਠੇ-ਬੈਠੇ ਹੀ ਬਿਨਾਂ ਵਕੀਲ ਤੋਂ ਉੱਥੋਂ ਹੀ ਬਰੀ ਕਰਕੇ ਜੇਲ੍ਹ ਤੋਂ ਸਿੱਧਾ ਘਰ ਭੇਜ ਦਿੱਤਾ। ਜਦ ਘਰ ਭੇਜ ਦਿੱਤਾ ਤਾਂ ਇਹ ਲੜਕਾ ਜਦ ਘਰ ਆਇਆ ਇੰਨੇ ਸਾਰੀ ਜਿਹੜੀ ਗੱਲਬਾਤ ਸੀ ਆਪਣੀ ਮਾਤਾ ਜੀ ਨੂੰ ਦੱਸੀ। ਜਦ ਮਾਤਾ ਜੀ ਨੂੰ ਦੱਸੀ ਤਾਂ ਮਾਤਾ ਜੀ ਬੜੇ ਹੈਰਾਨ ਹੋਏ। ਉਸ ਤੋਂ ਬਾਅਦ ਫਿਰ ਮਾਤਾ ਜੀ ਉਸ ਲੜਕੇ ਨੂੰ ਕਹਿਣ ਲੱਗੇ ਕਿ ਇਹ ਸਾਰੀ ਘਟਨਾ ਦੇ ਪਿੱਛੇ ਕੇਵਲ ਤੇ ਕੇਵਲ ਸੰਤ ਮਹਾਂਪੁਰਖ ਬਾਬਾ ਜੀ ਸਿੰਘ ਜੀ ਹੰਸਾਲੀ ਵਾਲਿਆਂ ਦੀ ਹੀ ਖੇਡ ਹੈਗੀ ਆ। ਉਹਨਾਂ ਨੇ ਤਾਂ ਕਹਿੰਦੇ ਮੈਨੂੰ ਇਹ ਕਹਿਤਾ ਸਗਾ ਕਿ ਤੇਰਾ ਆ ਕੰਮ ਤਾਂ ਅਸੀਂ ਉਸ ਦਿਨ ਹੀ ਕਰ ਦਿੱਤਾ ਸੀ ਜਦ ਤੂੰ ਪਹਿਲੇ ਦਿਨ ਆਈ ਆ ਤੇ ਕਹਿੰਦੇ ਮੈਂ ਦੋ ਦਿਨ ਜਾਂਦੀ ਰਹੀ ਆ ਪਰ ਮੈਨੂੰ ਹੁਣ ਮਹਾਂਪੁਰਖਾਂ ਦੀ ਅਗੰਮੀ ਖੇਡਨ ਦਾ ਕੀ ਪਤਾ। ਸੋ ਕਹਿਣ ਤੋਂ ਭਾਵ ਇਹ ਆ ਕਿ ਮਹਾਂਪੁਰਖਾਂ ਦੀਆਂ ਜਿਹੜੀਆਂ ਇਹ ਕਿਰਪਾ ਰੂਪੀ ਗੱਮਈ ਖੇਡਣਾ ਸੰਗਤਾਂ ਦੇ ਨਾਲ ਵਰਤਦੀਆਂ ਹੈਗੀਆਂ ਇਸ ਨੂੰ ਤਾਂ ਨਾ ਕੋਈ ਆਮ ਇਨਸਾਨ ਕਰ ਸਕਦਾ ਹੈ ਨਾ ਕੋਈ ਵਕੀਲ ਕਰ ਸਕਦਾ ਹੈਗਾ ਨਾ ਕੋਈ ਕੋਟ ਕਰ ਸਕਦੀ ਹੈਗੀ ਆ ਇਹ ਕੇਵਲ ਤੇ ਕੇਵਲ ਇਹੋ ਜਿਹੇ ਖੇਡਾ ਮਾਪੁਰਖਾਂ ਦੇ ਇੱਕੋ ਇਸ਼ਾਰੇ ਦੇ ਨਾਲ ਸੁਭਾਵਕ ਹੋ ਜਾਂਦੀਆਂ ਅਸੰਭਵ ਤੋਂ ਅਸੰਭਵ ਚੀਜ਼ ਵੀ ਜਿਹੜੀ ਹੈ ਨਾ ਬੜੀ ਸਰਲ ਬਣ ਜਾਂਦੀ ਆ ਇਸੇ ਕਰਕੇ ਗਰਵਾਣੀ ਆਖਦੀ ਆ ਕਿ ਸਾਦ ਕੀ ਮਹਿਮਾ ਬੇਦ ਨਾ ਜਾਣੇ ਜੇ ਤਾਂ ਸੁਣੇ ਤੇ ਤਾਂ ਬਖਿਆਨੇ ਸੋ ਦਸ ਇਨੇ ਹੀ ਬਚਨ ਕਰਦਾ ਹਾਂ ਖਿਮਾ ਦਾ ਜਾਚਕ ਵਾਜੀ ਹੋਈਆਂ ਬਿਆੰਥ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸੋ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ